ਪਠਾਨਕੋਟ ਦੇ ਹਲਕਾ ਸੁਜਾਨਪੁਰ ਵਿੱਚ ਪੈਂਦੇ ਪਿੰਡ ਕਲੀਹਾਰੀ ਵਿੱਚ ਇੱਕ ਪਰਿਵਾਰ ਤੇ ਉਸ ਸਮੇਂ ਪਹਾੜ ਟੁੱਟ ਗਿਆ ਜਦੋਂ ਬੀਤੀ ਰਾਤ ਇੱਕ ਘਰ ਦੀ ਕੱਚੀ ਛੱਤ ਡਿੱਗਣ ਨਾਲ ਛੱਤ ਨੀਚੇ ਸੌ ਰਹੇ ਪਰਿਵਾਰ ਦੇ 5 ਮੈਂਬਰਾਂ ਚੋਂ 3 ਮੈਂਬਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ 2 ਜ਼ਖਮੀ ਨੇ। ਮਰਨ ਵਾਲਿਆਂ ਵਿੱਚ 2 ਬੱਚੇ ਤੇ ਉਹਨਾਂ ਦੀ ਮਾਂ ਸ਼ਾਮਿਲ ਹੈ। ਫਿਲਹਾਲ ਜ਼ਖਮੀ ਹੋਏ 2 ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਕਿਹਾ ਕਿ ਰਾਤ ਦੇ ਸਮੇਂ ਉਹਨਾਂ ਧਮਾਕੇ ਦੀ ਆਵਾਜ਼ ਸੁਣੀ ਤਾਂ ਬਾਹਰ ਨਿਕਲ ਕੇ ਦੇਖਿਆ ਕਿ ਘਰ ਦੀ ਛੱਤ ਡਿੱਗ ਚੁੱਕੀ ਹੈ। ਉਹਨਾਂ ਦੱਸਿਆ ਕਿ 3 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ 2 ਜ਼ਖਮੀ ਨੇ। ਭਾਈ ਆਪਣਾ ਰਾਤੀ ਸੁੱਤੇ ਪਏ ਸੀ, ਸਵੇਰੇ 4 ਵਜੇ 3 ਵਜੇ ਮਤਲਬ 2-2.5 ਵਜੇ ਟਾਈਮ ਹੀ ਰੌਲਾ ਪੈ ਗਿਆ ਪਿੰਡ 'ਚ, ਅਤੇ ਉਹ ਵਰਖਾ ਦੇ ਕਾਰਨ ਉਹ ਕੱਚਾ ਮਕੈਨ ਢਹਿ ਗਿਆ। ਉਹਦੇ ਵਿੱਚ 3-4-5 ਪੂਰਾ ਪਰਿਵਾਰ ਹੀ, ਪਿੰਡ ਦਾ 6-7 ਮੈਂਬਰ ਹੀ, ਜਿਹੜੇ ਕਿ ਕੱਚੀ ਛੱਤ ਥੱਲੇ ਆ ਗਏ। ਉਹਨਾਂ 'ਚ 3 ਮੌਕੇ 'ਤੇ 3 ਪੂਰੇ ਹੋ ਗਏ। ਅਸੀਂ ਪੂਰੇ ਮਤਲਬ ਪਿੰਡ ਪਿੰਡ ਦੇ ਜਿੰਨੇ ਮੈਂਬਰ ਹੀ ਆਪਣੇ, ਅਸੀਂ ਜਿੰਨੇ ਸਾਡੇ ਆਂਢ ਗੁਆਂਢ ਜਿੰਨੇ ਵੀ ਆਏ, ਸਾਰਿਆਂ ਨੇ ਸਾਰਿਆਂ ਨੇ ਬੜੇ ਮਿਹਨਤ ਮਤਲਬ ਬੜੀ ਮੁਸ਼ਕਿਲ ਦੇ ਨਾਲ ਵਿੱਚੋਂ ਪੁੱਟਿਆ, ਮਲਬੇ 'ਚੋਂ ਕੱਢਿਆ। ਉਹ ਮੌਕੇ 'ਤੇ 3 ਜਿਹੜੀਆਂ ਉਹ ਮੌਤਾਂ ਹੋ ਗਈਆਂ, ਅਤੇ 2-3 ਜਿਹੜੇ ਉਹ ਜਿੰਦਾ ਮਤਲਬ ਉਹ ਹੋਸਪਿਟਲ ਉਹ ਘਾਇਲ ਆ, ਉਹ ਠੀਕ ਗੰਭੀਰ ਆ, ਠੀਕ ਹੈ, ਮਤਲਬ ਉਹਦਾ ਚਾਂਸ ਆ ਠੀਕ ਹੋ ਜਾਣਗੇ। ਇਹ ਬੜੀ ਮਤਲਬ ਇੱਕ ਬੜੀ ਟ੍ਰੈਜਡੀ ਹੈ, ਇੱਕ ਬੜੀ ਦੁਰਘਟਨਾ, ਬੜਾ ਮਾੜੀ ਘਟਨਾ ਹੋਈ ਹੈ ਜੀ।